ਬੀਤੇ 4 ਤੋਂ ਲੋਕ ਸਭਾ ਉਮੀਦਵਾਰ ਦਾ ਘੁਮਾਨ ਪਹੁੰਚਣ ਤੇ ਕਿਸਾਨਾਂ ਨੇ ਕੀਤਾ ਤਿੱਖਾ ਵਿਰੋਧ, ਪੁੱਛੇ ਤਿੱਖੇ ਸਵਾਲ। ਅਨੀਤਾ ਸੋਮ ਪ੍ਰਕਾਸ਼ ਵੱਲੋਂ ਦਿੱਤੇ ਜਵਾਬਾਂ ਤੋਂ ਕਿਸਾਨ ਨਾ ਖੁਸ਼ ਦਿਖਾਈ ਦਿੱਤੇ। ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਭਾਜਪਾ ਦੇ ਉਮੀਦਵਾਰ ਅਨੀਤਾ ਸੋਮ ਪ੍ਰਕਾਸ਼ ਅੱਜ ਬਟਾਲਾ ਨਜ਼ਦੀਕ ਕਸਬਾ ਘੁਮਾਨ ਵਿਖੇ ਇਤਿਹਾਸਿਕ ਗੁਰਦੁਆਰਾ ਸਾਹਿਬ ਮੱਥਾ ਟੇਕਣ ਲਈ ਪਹੁੰਚੇ ਸਨ ਅਤੇ ਇੱਥੇ ਕਿਸਾਨਾਂ ਵੱਲੋਂ ਕਾਲੇ ਝੰਡੇ ਦਿਖਾ ਕੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਅਤੇ ਉਹਨਾਂ ਦੀ ਪਤਨੀ ਅਨੀਤਾ ਸੋਮ ਪ੍ਰਕਾਸ਼ ਦਾ ਤਿੱਖਾ ਵਿਰੋਧ ਕੀਤਾ ਗਿਆ। ਇਸ ਮੌਕੇ ਕਿਸਾਨਾਂ ਵੱਲੋਂ ਅਨੀਤਾ ਸੋਮ ਪ੍ਰਕਾਸ਼ ਨੂੰ ਤਿੱਖੇ ਸਵਾਲ ਪੁੱਛੇ ਗਏ, ਜਿਸ ਦਾ ਅਨੀਤਾ ਸੋਮ ਪ੍ਰਕਾਸ਼ ਵੱਲੋਂ ਜਵਾਬ ਦਿੱਤਾ ਗਿਆ। ਪਰ ਜਵਾਬਾਂ ਤੋਂ ਸੰਤੁਸ਼ਟ ਨਹੀਂ ਸਨ ਕਿਸਾਨ। ਕਿਸਾਨਾਂ ਨੇ ਕਿਹਾ ਕਿ ਉਹ ਅਨੀਤਾ ਸੋਮ ਪ੍ਰਕਾਸ਼ ਦੇ ਵੱਲੋਂ ਦਿੱਤੇ ਗਏ ਜਵਾਬ ਤੋਂ ਨਾ ਖੁਸ਼ ਹਨ। ਉਹਨਾਂ ਨੇ ਕਿਹਾ ਕਿ ਭਾਜਪਾ ਦੇ ਉਮੀਦਵਾਰਾਂ ਦਾ ਭਵਿੱਖ ਵਿੱਚ ਵੀ ਵਿਰੋਧ ਇਸੇ ਤਰ੍ਹਾਂ ਜਾਰੀ ਰਹੇਗਾ। ਨਹੀਂ, ਸਵਾਲ ਜਵਾਬ ਕੀ ਸਾਰਥਕ ਹੋਣੇ? ਕੁਛ ਵੀ ਨਹੀਂ, ਇਹਨਾਂ ਨੂੰ ਅਕਲ ਆਉਣੀ ਨਹੀਂ ਆ। ਆ ਜਿਹੜੇ ਲੋਕ ਬੁਲਾਉਣ ਡਏ ਆ ਅੱਜ, ਲਾਡੀ ਵਰਗੇ ਦੂਜੇ ਤੀਜੇ, ਇਹਨਾਂ ਨੂੰ ਸਮਝ ਆਉਣੀ ਚਾਹੀਦੀ ਆ ਵੀ ਅਸੀਂ ਇੱਥੇ ਬੁਲਾ ਕੇ ਕੀ ਕਰਾਂਗੇ। 40 ਬੰਦੇ ਨੇ ਉੱਥੇ ਉਹਨਾਂ ਦੇ ਬੈਠੇ ਜਿੱਥੇ ਉਹਨਾਂ ਬੁਲਾਇਆ ਵਾ, ਇੱਥੇ 1000 ਬੰਦਾ ਉਹਨਾਂ ਦਾ ਵਿਰੋਧ ਕਰਨ ਲਈ ਖੜਾ ਵਾ। ਇਹ ਲੋਕਾਂ ਨੂੰ ਕਿਉਂ ਨਹੀਂ ਅਕਲ ਆਉਂਦੀ? ਨਹੀਂ, ਵਿਰੋਧ ਤਾਂ ਚੰਗੀ ਤਰ੍ਹਾਂ ਹੋ ਗਿਆ, ਪਰ ਵਿਰੋਧ ਗੱਲ ਇਹ ਆ ਕਿ ਇਹਨਾਂ ਨੂੰ ਕਿਉਂ ਨਹੀਂ ਸਮਝ ਆਉਂਦੀ? ਮੈਨੂੰ ਤਾਂ ਆਪਣਿਆਂ 'ਤੇ ਗੁੱਸਾ ਜ਼ਿਆਦਾ ਆਉਂਦਾ ਵਾ ਜਿਹੜੇ ਇਹ ਲੋਕ ਇਹਨਾਂ ਨੂੰ ਬੁਲਾਉਂਦੇ ਆ। ਕੀ ਗੱਲ, ਉਹ ਜਿੱਦਣ ਇਹਨਾਂ ਦੇ ਡਾਂਗਾਂ ਵੱਜੀਆਂ ਉੱਧਰ ਹੀ ਹਟਣਗੇ ਇਹ ਲੋਕ? ਇਹਨਾਂ ਨੂੰ ਅਕਲ ਆਉਣੀ ਬਹੁਤ ਜ਼ਰੂਰੀ ਆ, ਕਿਉਂਕਿ ਐਡਾ ਵੱਡਾ ਵਿਰੋਧ ਵੇਖ ਕੇ ਹਜ਼ਾਰਾਂ ਲੋਕ ਆ ਜਿੱਥੇ ਖੜ੍ਹੇ ਰਹੇ ਤੇ, ਔਰ ਕਿੰਨਾ ਚਿਰ ਖੜ੍ਹੇ ਰਹੇ ਧੁੱਪ 'ਚ? ਤੁਸੀਂ ਵੀ ਨਾਲ ਹੀ ਰਹੇ ਜੇ, ਦੇਖੋ ਕਦੋਂ ਦੇ ਕਿੰਨੇ ਘੰਟੇ ਹੋ ਗਏ ਧੁੱਪ 'ਚ ਖੜ੍ਹੇ ਹਾਂ ਇਹਨਾਂ ਦਾ ਵਿਰੋਧ ਕਰਨ ਲਈ। ਔਰ ਚਲੋ ਰੋਕਿਆ ਉਹਨਾਂ ਨੂੰ, ਰੋਕ ਕੇ ਉਹਨਾਂ ਦਾ ਪੂਰੇ ਸਵਾਲ ਕੀਤੇ ਆ, ਪਰ ਸਵਾਲਾਂ ਦਾ ਉਹਨਾਂ ਕੋਲ ਜਵਾਬ ਹੀ ਕੋਈ ਨਹੀਂ ਆ। ਜਵਾਬ ਕੀ ਦੇਣ? ਜਵਾਬ ਜੇ ਉਹ ਕਹਿੰਦੇ ਮੈਮੋਰੈਂਡਮ ਦੇ ਦਿਉ, ਮੈਮੋਰੈਂਡਮ 'ਤੇ ਪਾ ਤੇਰੀ ਸਰਕਾਰ ਬਣੇ ਕਿਤੇ ਦੇਵਾਂਗੇ, ਜਦੋਂ ਸਰਕਾਰ ਨਹੀਂ ਤੇਰੀ ਬਣਨੀ ਮੈਮੋਰੈਂਡਮ ਕੀ ਦੇਵਾਂਗੇ ਤੁਹਾਨੂੰ ਅਸੀਂ? ਪਹਿਲੇ ਦਿੱਤੇ ਕੰਮ ਨਹੀਂ ਆਏ, ਕੰਮ ਕਿੱਥੋਂ ਆਏ ਆ? ਸਰਕਾਰ ਇਹਨਾਂ ਦੀ ਜੇ ਰਹੀ ਤਾਂ ਫਿਰ ਵੀ ਨਹੀਂ ਆਉਣੇ, ਤਾਂ ਹੀ ਤਾਂ ਇਹਨਾਂ ਨੂੰ ਹਰਾਉਣਾ ਅਸੀਂ। ਬਿਲਕੁਲ ਨਹੀਂ, ਉਹਨਾਂ ਨੇ ਉਹਨਾਂ ਕੋਲ ਜਵਾਬ ਦਿੱਤਾ ਹੀ ਕੋਈ ਨਹੀਂ ਗਿਆ, ਕਿਉਂਕਿ ਇਹਨਾਂ ਕੋਲ ਜਵਾਬ ਹੈ ਹੀ ਕੋਈ ਨਹੀਂ। ਧਰਮ ਪਤਨੀ ਦੀ ਛੱਡੋ ਗੱਲ, ਜਿਹੜੇ ਇਹ ਸੋਮ ਪ੍ਰਕਾਸ਼ ਜੀ ਆ, ਮੈਂ ਤਾਂ ਇਹਨਾਂ ਨਾਲ ਵੀ 11 ਮੀਟਿੰਗਾਂ ਬਿਠਾ ਰਿਹਾ, ਇੱਕ ਵਾਰੀ ਕਦੀ ਇਹਨਾਂ ਨੇ ਲਫ਼ਜ਼ ਨਹੀਂ ਉੱਥੇ ਕਿਸਾਨਾਂ ਦੇ ਹੱਕ 'ਚ ਬੋਲਿਆ। ਸਿਰਫ ਬਹਿ ਕੇ ਤਾਂ ਚੱਲ ਜਾਂਦੇ ਹੁੰਦੇ ਸੀ, ਕੋਈ ਇਹਨਾਂ ਕੋਲ ਜਵਾਬ ਨਹੀਂ ਗਾ, ਸਿਰਫ ਝੂਠੇ ਪਲੰਦੇ ਆ। ਜੋ ਪਿੱਛੇ ਸਰਕਾਰ ਨੇ 10 ਸਾਲ ਝੂਠ ਬੋਲਿਆ ਲੋਕਾਂ ਨੂੰ, ਉਹਦੇ ਸਿਰ 'ਤੇ ਉਹਨਾਂ ਰਾਜ ਕਰ ਲਿਆ, ਬੜਾ ਕੁਛ ਝੂਠ ਬੋਲਿਆ ਇਹਨਾਂ ਨੇ। ਕਿਸਾਨਾਂ ਨੂੰ ਵੱਡੇ ਵੱਡੇ ਲੋਲੀਪੋਪ ਦਿੱਤੇ ਵੀ ਤੁਹਾਡੇ ਕਰਜ਼ੇ ਵੀ ਮਾਫ਼, ਤੁਹਾਨੂੰ ਸਵਾਮੀਨਾਥਨ ਦੀ ਰਿਪੋਰਟ, ਤੁਹਾਡੀ ਆਮਦਨ ਡਬਲ, ਤੁਹਾਨੂੰ ਕਰ ਸਾਰਾ 2 ਕਰੋੜ ਨੌਕਰੀਆਂ, 15-15 ਲੱਖ ਰੁਪਈਆ, ਬਹੁਤ ਝੂਠ ਬੋਲਿਆ ਇਹਨਾਂ ਨੇ। ਉਹ ਸਾਰੀਆਂ ਝੂਠ ਦੇ ਪਲੰਦੇ, ਇੱਥੇ ਕੋਈ ਵੀ ਇੱਕ ਜਵਾਬ ਨਹੀਂ ਆਇਆ। 15-20 ਮਿੰਟ ਖਲੋ ਕੇ ਉਹਨਾਂ ਹੱਥ ਜੋੜ ਕੇ ਆਪਣੀ ਜਾਨ ਛੁਡਾਈ ਹੈ। ਕੁਛ ਵੀ ਨਹੀਂ, ਮੇਰੇ ਕਿਸਾਨ ਵੀਰ ਹੈ, ਮੇਰੇ ਬੇਟੇ ਆ, ਉਹਨਾਂ ਦੇ ਹਰ ਦੁੱਖ ਸੁੱਖ ਦੀ ਮੈਂ ਸਾਂਝੀ ਹਾਂ, ਔਰ ਅੱਗੇ ਵਾਸਤੇ ਵੀ ਦੇਖੂੰਗੀ। ਕਿਸ ਤਰ੍ਹਾਂ ਦੇ ਸਵਾਲ ਉਹਨਾਂ ਵੱਲੋਂ ਕੀਤੇ ਗਏ ਜੀ? ਦੇਖੋ, ਉਹਨਾਂ ਨੇ ਜਿਹੜੇ ਸਵਾਲ ਕੀਤੇ, ਮੈਂ ਇੱਕ ਨਵਾਂ ਕੈਂਡੀਡੇਟ ਹਾਂ, ਮੰਤਰੀ ਜੀ ਨੇ ਉਹਨਾਂ ਨੂੰ ਪੂਰੇ ਜਵਾਬ ਦਿੱਤੇ ਆ, ਔਰ ਹਮੇਸ਼ਾ ਕਿਸਾਨਾਂ ਦੇ ਨਾਲ ਖੜੇ ਹੋਏ ਆ। ਦੇਖੋ, ਇਹ ਪਾਰਟੀਆਂ ਦੇ ਡਿਸੀਜਨ ਹੁੰਦੇ ਆ, ਪਾਰਟੀਆਂ ਦੇ ਕੰਮ ਹੁੰਦੇ ਆ, ਇਲੈਕਸ਼ਨ ਆ ਜਾਂਦੀ ਆ ਵਿੱਚ, ਤੇ ਇਲੈਕਸ਼ਨ ਰੋਕੀ ਤਾਂ ਜਾਣੀ ਨਹੀਂ ਹੈ, ਇਲੈਕਸ਼ਨ ਤਾਂ ਹੋਣੀ ਹੋਣੀ ਆ, ਫੈਸਲੇ ਵੀ ਹੋ ਜਾਣੇ ਆ, ਸਾਰਾ ਕੁਝ ਠੀਕ ਹੋਊਗਾ, ਸਾਰਾ ਕੁਝ ਠੀਕ ਹੋਊਗਾ।